ਅੱਜ ਆਪਾਂ ਜਿਹੜਾ ਠੀਕ ਸਟਾਰਟ ਕਰ ਰਹੇ ਹਾਂ ਵੀ ਆਪਾਂ ਦੁਕਾਨ ਦੇ ਬੈਨਰ ਵਗੈਰਾ ਲਗਾਤੇ ਆ, ਕਿੱਦਾਂ ਦਾ ਬੈਨਰ ਬਣਿਆਗਾ, ਠੀਕ ਆ, ਕੀ ਕੁਝ ਲਿਖਾਇਆ ਉਹ ਤੇ ਕਿੱਦਾਂ ਦਾ ਲੱਗ ਰਿਹਾ ਤੇ ਕਿੰਨਾ ਕੁ ਕੰਮ ਹੋ ਗਿਆ ਉਹ ਮੈਂ ਤੁਹਾਨੂੰ ਅੱਜ ਸਾਰਾ ਵਿਜ਼ਿਟ ਕਰਵਾਉਣੀ ਆ ਤੇ ਉੱਥੋਂ ਆਪਾਂ ਨੂੰ ਇੰਨਾ ਕੁ ਆਈਡੀਆ ਮਿਲ ਜੂ ਵੀ ਕਦੋਂ ਤੱਕ ਆਪਾਂ ਜਿਹੜੀ ਸ਼ੌਪ ਦੀ ਆ ਉਹ ਓਪਨਿੰਗ ਕਰ ਸਕਦੇ ਆ। ਬਾਕੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ, ਬਹੁਤ ਜ਼ਿਆਦਾ ਵੀਡੀਓਜ਼ ਨੂੰ ਲਾਈਕ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੁੰਦੇ ਹੋ, ਉਹਦੇ ਲਈ ਬਹੁਤ ਜ਼ਿਆਦਾ ਸਾਰਾ ਪਿਆਰ ਤੇ ਰਿਸਪੈਕਟ ਆ ਤੁਹਾਨੂੰ। ਆਪਾਂ ਰੈਡੀ ਹੋ ਚੁੱਕੇ ਹਾਂ। ਹਾਂਜੀ, ਆਪਾਂ ਹੋ ਗਏ ਹਾਂ ਰੈਡੀ, ਠੀਕ ਆ ਪ੍ਰੋਪਰ। ਇਸ ਤੋਂ ਬਾਅਦ ਹੁਣ ਆਪਾਂ ਜਾਣੇ ਹਾਂ ਬਰਨਾਲੇ ਦੇ ਕੰਮ ਕਰਨ ਅਤੇ ਜਿਹੜੀ ਵੀ ਕੋਈ ਨਿਊ ਸੂਟ ਆ ਹੈ ਨਾ ਰੈਡੀ ਕੀਤਾ ਹੋ ਨਿਊ ਲੁੱਕ ਦਾ, ਅਤੇ ਉਹ ਆਪਾਂ ਅੱਜ ਤੁਹਾਨੂੰ ਸਾਰਾ ਹੀ ਦਿਖਾ ਦਾਂਗੇ। ਮੰਮੀ ਤੋਂ ਪੁੱਛਦੇ ਹਾਂ ਚਾਹ ਬਣ ਗਈ ਜਾਂ ਨਹੀਂ, ਜੇ ਚਾਹ ਨਹੀਂ ਬਣੀ ਹੋਈ ਮਿਸਤਰੀਆਂ ਦੀ ਤਾਂ ਆਪਾਂ ਬਰਨਾਲੇ ਤੋਂ ਬਣਾ ਕੇ ਲੈ ਜਾਂਗੇ। ਇਹ ਹੜੀਪਾ, ਅੱਜ ਫਿਰ ਲਾਟਰੀ ਨਿਕਲਣੀ ਹੈ, ਫੋਟ ਲੈ ਕੇ ਆਵਾਂਗੇ ਆਪਾਂ ਪਿੰਡ, ਠੀਕ ਆ, ਪੱਕੀ ਗੱਲ ਆ। ਅੱਜ ਆਪਾਂ ਨੂੰ ਫੋੜ ਮਿਲ ਜੂ, ਆਪਾਂ ਦਿਖਾਈ ਦੀ ਨਹੀਂ ਹੁੰਦੀ ਮਾਇਆ ਚੋਰ ਤੁਹਾਡੇ, ਕਿਹੜੇ ਨੇ ਚੋ ਮੇਰੇ 200-200 ਰੁਪਏ ਦੇ ਕਿਉਂ ਲੈ ਕੇ ਆਏ ਹੋ, ਗਲਤ ਗੱਲ ਆ, ਹੁਣ ਕਿ ਭਾਈ 500-500 ਦੇ ਦਿੰਦਾ, ਦੱਸਾ ਗਿਆ ਤੁਹਾਨੂੰ ਧੁੱਪ ਦੇਖ ਕੇ ਮੇਰੇ ਤੇ ਤਰਸ ਆ ਗਿਆ, ਤਾਂ ਕਰਕੇ ਗੱਡੀ ਲੈ ਕੇ ਦਊਂਗੇ ਮੈਨੂੰ, ਉਹ ਮੈਨੂੰ ਗੱਡੀ ਲੈ ਕੇ ਦੂਰੀ ਕੀ, ਇੱਧਰ ਦੀ ਜਾਂਦੀ ਨਹੀਂ ਮੈਂ ਤਾਂ, ਉੱਧਰ ਤਾਂ ਸੁੰਨਾ ਜਿਹਾ ਰਾਹ ਗਾ, ਆ ਸਕੂਟੀ ਤੇ ਮੇਰੀ ਸਲਿੱਪ ਨਾ ਹੋ ਜੇ, ਬਸ ਇੱਥੋਂ ਕੱਢ ਦੋ। ਲੋ ਬਈ ਆ ਆਪਣਾ ਬੈਨਰ ਲੱਗਿਆ ਹੋਇਆ ਗਾ, ਠੀਕ ਆ, ਆਪਣਾ ਬੁਟੀਕ ਉਹ ਲਾਸਟ 'ਤੇ ਰਹਿ ਗਿਆ, ਆਪਾਂ ਬੈਨਰ ਬਣਵਾਇਆ ਸੀਗਾ ਓਪਨਿੰਗ ਸ਼ੋਟ ਲਈ ਵਾਲਾ, ਡਿਜ਼ਾਈਨਰ ਹਾਊਸ ਔਲ ਟਾਈਪ, ਤੁਸੀਂ ਆਪ ਹੀ ਕਰ ਲਿਓ ਬਈ ਸਾਰਾ, ਹੁਣ ਆਪਾਂ ਉਹ ਉੱਥੇ ਚਾਹ ਫੜਾਇਆ ਜੀ, ਚਾਹ ਆਪਾਂ ਬਣਵਾ ਲਈ ਸੀ। ਪਿੱਛੇ ਵਾਲਾ ਤਾਂ ਉੱਡਿਆ ਫਿਰਦਾ ਗਾ, ਕਾਫੀ ਚੇਂਜ ਆ ਗਿਆ ਹੈ ਨਾ, ਆ ਸੌਂਗ ਕਿੱਥੇ ਚੱਲਦੇ, ਬੰਦ ਕਰੀਏ ਪਹਿਲਾਂ। ਅੱਛਾ ਉੱਥੇ ਸਪੀਕਰ ਲੱਗਿਆ ਹੈ, ਠੀਕ ਹੈ ਠੀਕ ਹੈ ਠੀਕ ਹੈ, ਬਣੀ ਜਾਂਦੇ ਆ। ਕਿੰਨਾ ਕੁ ਟਾਈਮ ਲੱਗ ਜੂਗਾ ਰੇ ਵੀਰੇ? ਬਸ ਹੁਣ ਤਾਂ ਅਜੇ ਵੀਰੇ ਨੂੰ ਕਹਿਣਾ ਲੂਬਰ ਨਾ ਪਹਿਲਾਂ ਲਗਾ ਦੇਣਾ। ਇਹ ਕਿਦਨ ਲਿਆਉਣੇ ਆਪਾਂ? ਲੋਨ ਤਾਂ ਵਧੀਆ ਲੱਗ ਰਹੇ ਹੋ, ਘੈਂਟ ਉਸਤਾਦ ਲੱਗ ਰਹੇ ਹੋ, ਮਿਸਤਰੀ ਉਸਤਾਦ ਲੱਗ ਰਹੇ ਹੋ, ਬਾਈ ਵੀ ਪੂਰਾ ਪੂਰਾ ਉਸਤਾਦ ਲੱਗ ਰਿਹਾ। ਚਾਰ ਪੰਜ ਦਿਨਾਂ ਚ ਲਵੇ ਲੱਗ ਜੂ ਲੱਗਦਾ ਪੱਕਾ ਪੱਕਾ ਪੱਕਾ, ਉਮੀਦ ਜੀ ਹੈ ਨਹੀਂ ਮੈਨੂੰ, ਮਿਸਤਰੀਆਂ ਤੇ ਘੱਟ ਹੀ ਵਿਸ਼ਵਾਸ ਹੁੰਦਾ, ਘਰ ਦੇ ਮਿਸਤਰੀਆਂ ਦਾ ਘੱਟ ਯਕੀਨ ਕਰੀ ਜਾਂਦਾ। ਆਹੋ ਠੀਕ ਹੈ, ਕਰੋ ਕੰਮ ਫਿਰ ਹਨਾ। ਆ ਉੱਡਿਆ ਪਿਆ ਯਾਰ ਪਿੱਛੋਂ, ਆਹ ਉਹ ਥੱਲੇ ਪੜੇ ਤੋਂ ਲੱਗਾ ਮੈਨੂੰ ਲੱਗਾ, ਹਾਂ ਉਹ ਥੱਲੇ ਲੱਗ। ਪਾਪੜ ਪਾਪੜ ਰੁਕ ਗਿਆ, ਪੈਸੇ ਲੈ ਚਲੋ, ਪਾਪੜ ਲੈ ਲਓ, ਸਾਰਿਆਂ ਵਾਸਤੇ ਲੈ ਆਇਓ, ਸੂਟਾਂ ਤੋਂ ਪਰੇ ਹੋ ਕੇ ਖਾਓ ਪਾਪੜ, ਜਿਹਨੇ ਖਾਣਾ ਮੈਂ ਤੁਹਾਨੂੰ ਦੱਸਾਂ ਗੱਲ, ਸੂਟਾਂ ਦੇ ਉੱਤੇ ਡਿੱਗ ਗਿਆ ਦੇਖ ਲਿਓ। ਤੇ ਜਿਹੜੇ ਸੂਟ ਤਿਆਰ ਕੀਤੇ ਨੇ ਉਹ ਆਹ ਵਾਲੇ ਆ, ਆਹ ਵਾਲਾ ਕਾਟਨ ਦਾ ਬਈ ਸੂਟ ਤਿਆਰ ਕੀਤਾ ਗਾ ਆਪਾਂ, ਠੀਕ ਹੈ, ਇਹ 'ਤੇ ਵਰਕ ਕੀਤਾ ਹੋਇਆ ਹੈਗਾ, ਪ੍ਰਿੰਟ ਸੇਮ ਨਹੀਂ ਮੈਨੂੰ ਪਤਾ ਵੀ ਮਿਲੂਗਾ ਕਿ ਨਹੀਂ, ਮੈਂ ਆਈ ਵਾਰ ਕਹਿਣੀ ਹੁੰਦੀ ਹਾਂ, ਡਬਲ ਦਾ ਹੀ ਦੁਪੱਟਾ ਗਾ ਇਹਦੇ ਨਾਲ, ਠੀਕ ਹੈ, ਕਾਟਨ ਦਾ ਪ੍ਰਿੰਟ ਤਿਆਰ ਕੀਤਾ ਹੋਇਆ ਇਹ, ਆਹ ਵੀ ਕਾਟਨ 'ਤੇ ਇਹ ਵਾਲਾ ਸਟੋਕ ਆਊਟ ਹੋ ਗਿਆ ਸੀ, ਬਟ ਦੁਬਾਰੇ ਫਿਰ ਇਹ ਸਟੋਕ 'ਚ ਆ ਗਿਆ ਸੀ, ਫਲਾਰ ਦੀ ਕਢਾਈ ਕੀਤੀ ਹੋਈ ਆ, ਆਹ ਵਾਲਾ ਜੋਰਜਟ 'ਤੇ ਤਿਆਰ ਕੀਤਾ ਪੀਸ, ਆਹ ਵਾਲਾ ਵੀ ਕਾਟਨ 'ਤੇ ਸਲਵਾਰ ਆ ਇਹ, ਆਹ ਕਮੀਜ਼ ਆ ਗਈ, ਇਹਦੇ ਵਿੱਚ ਦੁਪੱਟਾ ਆ ਗਿਆ ਨਾਲ ਡਬਲ ਡਾਈ, ਆਹ ਤੁਸੀਂ ਦੇਖਿਆ ਹੋਇਆ ਪਹਿਲਾਂ ਵੀ, ਆਹ ਆਪਾਂ ਜੋਰਜਟ 'ਤੇ ਤਿਆਰ ਕੀਤਾ ਹੋਇਆ, ਉਹ ਇਹਨੂੰ ਕਮੀਜ਼ ਨੂੰ ਕਿਉਂ ਵਿੰਗੀ ਕਰਤੀ, ਕਿ ਤਾਂ ਊਂ ਛੋਟੀ ਜਿਹੀ ਕਮੀਜ਼ ਆ, ਸਲਵਾਰ 'ਤੇ ਵਰਕ ਆ ਗਿਆ, ਠੀਕ ਆ, ਉਹ ਬਾਹਾਂ 'ਤੇ ਆ ਗਿਆ, ਬਾਡੀ 'ਤੇ ਆ ਗਿਆ, ਆਹ ਦੁਪੱਟਾ ਔਰਗੈਂਜਾ ਦਾ ਨਾਲ ਲੇਸ ਲਾਈ ਹੋਈ ਆ ਆਪਾਂ, ਪ੍ਰੋਪਰ ਬਹੁਤ ਜ਼ਿਆਦਾ ਸੋਹਣੀ ਤਿਆਰ ਕੀਤੇ ਨੇ ਆਪਾਂ ਸੂਟ ਇਹ ਵਾਲੇ, ਬਾਕੀ ਜਿਹੜੇ ਹੈਗੇ ਨੇ ਉੱਧਰ ਕੰਮ ਚੱਲੀ ਜਾਂਦਾ ਆਪਣਾ ਸਾਰਾ, ਅਤੇ ਆਹ ਵਾਲਾ ਪੈਕ ਕਰ ਪਹਿਲਾਂ, ਪਰ ਫੋਟੋਆਂ ਕਰ ਲਈਏ ਹੈ ਨਾ, ਐਂ ਜੀ ਕਰ ਲੈਂਦੇ ਫੋਟੋ ਇਹਨਾਂ ਦੀ, ਇੰਨਾ ਇਹਦੀ ਤਾਂ ਫੋਟੋ ਕੀਤੀ ਹੋਈ ਆ, ਇਹਨਾਂ ਦੀਆਂ ਬਹੁਤ ਕੀਤੀਆਂ ਹੋਈਆਂ, ਐਦੀ ਫੋਟੋ ਕਰਨੀ ਹੈ ਅਤੇ ਅਲੱਗ ਵੀਡੀਓ ਬਣਾਉਣੀ ਹੈ ਹਨਾ, ਬਸ ਪੈਕ ਕਰਕੇ ਕਿਹਦੇ ਸੀਗੇ, ਦਿਲਪ੍ਰੀਤ ਦੇ ਸੀ ਹੈ ਨਾ।
ਇਹ ਵਾਲੇ ਸੂਟ ਅੱਜ ਆਪਾਂ ਸਿਰਫ ਥੋੜੇ ਜਿਹੇ ਡਿਸਪੈਚ ਕਰਨੇ ਬਾਕੀ ਆਪਾਂ ਕੱਲ ਨੂੰ ਕਰਾਂਗੇ ਇੰਨੇ ਕੁ ਰੈਡੀ ਵਰਕ ਅਸੀਂ ਜ਼ਰੂਰੀ ਸੂਟ ਸੀ ਇਹ ਕੁੜੀਆਂ ਦੇ ਤਾਂ ਕਰਕੇ ਆਪਾਂ ਕਿਹਾ ਚਲੋ ਕੇਰਾ ਇੰਨੇ ਕੁ ਆਪਾਂ ਡਿਸਪੈਚ ਕਰੇ ਹੋਣੇ ਅੱਜ।